ਡਿੱਗੜੀ ਕਿ ਸੁਣੀ ਕਰਨ ਕੋਗੀ ਇੱਕ ਵਾਰ ਮਤਲ ਕਟਰ ਫੇਰਨਾ ਪੈਣਾ ਪਰਾਲੀ ਨੇ ਪਸਾਰ ਖਿਲਾਰ ਲੈਣਾ ਤੇਰਾ ਪਿੱਛੇ ਡਿਜ਼ਾਈਨ ਦੇ ਜਰਦਣੀ ਕੋਈ ਗੱਲ ਨਹੀਂ ਮੁਸ਼ਕਲ ਕੋਈ ਨਹੀਂ ਹੁੰਦੀ ਜੇ ਆਪਾਂ ਇਹ ਕਰਾਂਗੇ ਦੇ ਨਾਲ ਸਾਡਾ ਵਾਦਾ ਬਰਨ ਨਹੀਂ ਬਚਣਾ ਪਈ ਜ ਮੱਲੜ ਪ੍ਰਾਈ ਦੇ ਵਿੱਚ ਜਿਹੜੀ ਯੂਰੀਆ ਵਾ 7 ਸਾਲ ਪਾਉਣ ਦੇ ਨਾਲ ਇਹ ਇੱਕ ਤੋਂ ਡੇਢ ਬੋਰੀ ਦਾ ਯੂਰੀਆ ਦਾ ਖਰਚਾ ਵੀ ਘਟ ਜਾਣਾ ਸਾਡਾ ਦਾਇਆ ਦੇ ਖਰਚੇ ਘਟਦੇ ਨੇ ਪੋਟਾਸ਼ ਦੇ ਵਿੱਚੋਂ ਮਿਲ ਜੜੀਆਂ ਸਲਫਰ ਸਾਰਾ ਕੋਈ ਪ੍ਰਾਈਸ ਦੇ ਵਿੱਚ ਸਾਰੇ ਜਿਹੜੇ ਤਤ ਅਸੀਂ ਬਾਹਰੋਂ ਲਿਆ ਕੇ ਪਾਉਨੇ ਅਸੀਂ ਜਾ ਕੇ ਦੁਕਾਨ ਦੇ ਉੱਤੇ ਜਾ ਕੇ ਕਹਿੰਦੇ ਆ ਵੀ ਸਾਨੂੰ ਸਾਡੀ ਪ੍ਰਾਈਸ ਨੂੰ ਪਾਣੀ ਚੀਜ਼ ਦੀ ਘਾਟ ਆ ਗਈ ਅਸੀਂ ਉੱਥੋਂ ਲਿਆ ਕੇ ਛੁੱਟ ਦਿੰਦੇ ਨੇ ਜਿਹੜੀ ਆਪਣੀ ਸਾਡੀ ਵਿੱਚ ਪੈਦਾਵਾਰ ਪ੍ਰਾਈਸ ਤੋਂ ਜਾਂ ਨਾੜ ਤੋਂ ਸਾਨੂੰ ਮਿਲਣੀ ਹੈ ਉਹ ਹੀ ਹਵਾ ਦੇ ਵਿੱਚ ਸਾੜ ਕੇ ਸਾਰਾ ਤੈਅ ਕਰ ਦਿੰਦੇ ਆਂ ਇਸ ਥੱਲੇ ਕਮੈਂਟ ਕਰਦੇ ਆ ਵੀ ਇਹਦੇ ਉੱਪਰ ਜਿਹੜੀ ਆ ਜਦੋਂ ਆਪਾਂ ਖਾਦ ਪਾ ਦਿੰਦੀ ਤੇ ਇਹਦੇ ਥੱਲੇ ਖਾਦ ਨਹੀਂ ਜਾਣੀ ਇਦਾਂ ਦਾ ਕੋਈ ਕਿਸਾਨ ਵੀਰੋ ਕੋਈ ਚੱਕਰ ਨਹੀਂ ਹੈਗਾ ਤੇ ਖਾਦ ਜਿਹੜੀ ਆ ਉਹ ਜਦੋਂ ਆਪਾਂ ਪਾਣੀ ਦੇ ਕੇ ਇਹਨੂੰ ਖਾਦ ਪਾਈ ਜਿੰਨੀ ਖਾਦ ਪਾਵਾਂਗੇ ਉਨੀ ਉਨੀ ਲੱਗੂ ਜੇ ਦੂਜੀ ਦੇ ਕਿੰਨਾ ਅਸਰ ਕਰਦੀ ਆ ਉਨਾ ਹੀ ਅਸਰ ਜਿਹੜਾ ਵਾ ਖਾਦਿਆ ਇਹਦੇ ਉੱਪਰ ਕਰੇਗੀ ਇਹ ਵੀ ਕੋਈ ਸਮੱਸਿਆ ਨਹੀਂ ਆਗੀ ਨੇ ਜਿਹਨੇ ਤਾਂ ਕਣਕ ਪੀਜਣੀ ਆ ਜਾਂ ਝੋਨਾ ਲਾਉਣਾ ਉਹਨੂੰ ਕੋਈ ਇਤ ਮੁਸ਼ਕਲ ਨਹੀਂ ਕਿ ਜਿਹਨੇ ਸਬਜ਼ੀਆਂ ਸਬਜ਼ੀਆਂ ਬੀਜਣੀਆਂ ਨੇ ਜਾਂ ਕੋਈ ਹੋਰ ਫਸਲ ਬੀਜਣੀ ਆ ਉਹਨੂੰ ਮੁਸ਼ਕਲ ਆਉਂਦੀ ਹੈ ਪਰਾਲੀ ਕੱਢਣ ਦੀ ਜਾਂ ਸਾੜਨ ਦੀ ਮੁਸ਼ਕਲ ਆ ਜਾਂਦੀ ਆ ਬਾਕੀ ਜਿਹਨੇ ਝੋਨਾ ਤੋਂ ਕਣਕ ਲਾਉਣੀ ਆ ਕਣਕ ਤੋਂ ਝੋਨਾ ਬੀਜਦੇ ਨੇ ਉਹਨਾਂ ਨੂੰ ਕੋਈ ਲੋੜ ਨਹੀਂ ਮੈਨੂੰ 8 ਸਾਲ ਹੋ ਗਏ ਮੈਂ ਗਣੀ ਨਾੜ ਨੂੰ ਅੱਗ ਨਹੀਂ ਕਣਕ ਦੇ ਨੂੰ ਨਹੀਂ ਲਾਈ ਤੇ ਨਾ ਹੀ ਕਿਦੀ ਪਰਾਲੀ ਨਹੀਂ ਰਹੀ ਫਸਲਾਂ ਨੂੰ ਯੋਜਨਾ ਆ ਭਾ ਅਗਲਾ ਹੌਂਦੋਂ ਮੈਨਾ ਕਣਕ ਘੇਰੋ ਕਣਕ ਪੂਰੀ ਹੁੰਦੀ ਆ ਤੇ ਮੁਸ਼ਕਲ ਕੋਈ ਨਹੀਂ ਆਉਂਦੀ ਤੇ ਜਿਹੜਾ ਝੱਕਦੇ ਝੱਕਣ ਦੀ ਲੋੜ ਨਹੀਂ ਇਸ ਤਰ੍ਹਾਂ ਵੱਢ ਜੀ ਬੀਜੋ ਪਰਾਲੀ ਚ ਬੀਜੋ ਵਕਤ ਪਈ ਗੱਲ ਆ ਦਵਾਈ ਦਾ ਖਰਚਾ ਵੀ ਘਟਿਆ ਵੀ ਜਦੋਂ ਮਦਚ ਵੇਖਿਆ ਹੁਣ ਕੰਕ ਸਾਰੇ ਨਿਕਲ ਆਈ ਹੈ ਇਹ ਨਿੰਦਰਿਆਂ ਉਹਨੂੰ ਉਗਣ ਦੀ ਥਾਂ ਛਲਕੀ ਦੀ ਮਿਲਦੀ ਹੈ ਨਿੰਦਰ ਦੀ ਜੇ ਦਵਾਈ ਤੱਕ ਭਾ 2000 ਰੁਪਇਆ ਸਨ ਲਾ ਕੇ ਤੇ ਗੁਲੀ ਡੰਡਾ ਖਤਮ ਕਰਦੇ ਆ ਇਹ ਗੁਲੀ ਡੰਡਾ ਵੀ ਦੀ ਸਮੱਸਿਆ ਵੀ ਇਹਨੂੰ ਘਟਾਉਣੀ ਹੈ ਇੱਕ ਪਾਣੀ ਦੇਣਾ ਪੈਣਾ ਨਾਲ ਪਾਣੀ ਦੀ ਬੈਤ ਹੋ ਜਣੀ ਹੈ ਤੇ ਝਾੜ ਦੇ ਵਿੱਚ ਜਿਹੜੇ ਨਾਲ ਜਿਹੜਾ ਵਾਅਦਾ ਹੁੰਦਾ ਤੇ ਮਹੀਨੇ ਦੇ ਵਿੱਚ ਪੂਰੀ ਜਿੰਨੀ ਪਾਣੀ ਲਾਉਣ ਠੁੱਕੀ ਹੋ ਜਾਂਦੀ ਹੈ ਇਹ ਵੀ ਉਸੇ ਤਰ੍ਹਾਂ ਹੀ ਹਾਂਜੀ ਉਸੇ ਤਰ੍ਹਾਂ ਵਾ ਥੋੜਾ ਜਆ ਉਗਣ ਦੇ ਵਿੱਚ ਇਹ ਤਿੰਨ ਕਿ ਦਿਨ ਲੇਟ ਹੁੰਦੀ ਹੈ ਤੇ ਪੱਕਣ ਦੇ ਵਿੱਚ 8 ਦਿਨ ਦਾ ਫਰਕ ਪ ਘਾੜ ਤੇ ਕਿੰਨਾ ਵਾਦਾ ਕਰਦਾ ਇਹ ਝਾੜ ਵਾਦਾ 2 2 2.5 ਘੰਟਾ ਜਿਹੜਾ ਇਹ ਨਾਲ ਵਾਦੀ ਝਾੜ ਦਿਲਦਾ ਉਹ ਇਹ ਜਿਹੜੀ ਇੱਕ ਸਾਬਦੀ ਇਹ ਖਾਦ ਹੈ ਫਰਟੀਲਾਈਜ਼ਰ ਹੈ ਠੀਕ ਹੈ ਇਹ ਸਾਡੀ ਬਹੁਤ ਮਦਦ ਕਰਦੀ ਹੈ ਕਣਕ ਨੂੰ ਕਣਕ ਦੇ ਬੀ ਨੂੰ ਗਰੋ ਹੋਣ ਦੇ ਵਿੱਚ ਮਦਦ ਕਰਦੀ ਹੈ ਫਿਰ ਉਹਨੂੰ ਤਾਕਤਵਰ ਬਣਾਉਂਦੀ ਹੈ ਝਾੜ ਵੀ ਝਾੜ ਦੇ ਵਿੱਚ ਵੀ ਕਾਫੀ ਸਾਡਾ ਵਾਧਾ ਹੁੰਦਾ ਮੈਂ ਕਈ ਸਾਲਾਂ ਤੋਂ ਗੇਤੀ ਕਰਦੇ ਆ ਸੋ ਸਾਨੂੰ ਅਸੀਂ ਇਦਾਂ ਹੀ ਕਰਦੇ ਆ ਖੇਤੀ ਤੁਹਾਨੂੰ ਕਾਫੀ ਫਾਇਦਾ ਹੁੰਦਾ ਝਾੜ ਦੇ ਵਿੱਚ ਵਾਧਾ ਹੋ ਰਿਹਾ ਹੈ ਸਰਖਾਤ ਤੇ ਰਹਿਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਦੋਸਤੋ ਮੇਰਾ ਨਾਮ ਹੈ ਗੁਰਿੰਦਰ ਸਿੰਘ ਬਾਠ ਅੱਜ ਅਸੀਂ ਤੁਹਾਨੂੰ ਪੰਜਾਬ ਦੇ ਖੇਤਾਂ ਵਿੱਚ ਲੈ ਕੇ ਆਏ ਹਾਂ ਇੱਕ ਨਵੀਂ ਤਕਨੀਕ ਦਿਖਾਉਣ ਵਾਸਤੇ ਕਿ ਜਿੱਥੇ ਸਰਕਾਰਾਂ ਵੱਲੋਂ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਅਪਣਾਉਣ ਲਈ ਤੇ ਫਸਲੀ ਚੱਕਰ ਚੋਂ ਕੱਢਣ ਲਈ ਕਾਫੀ ਐਲਾਨ ਜਿਹੜੇ ਆ ਦਾਅਵੇ ਵਾਅਦੇ ਕੀਤੇ ਜਾਂਦੇ ਆ ਪਰ ਗਰਾਊਂਡ ਪੱਧਰ ਤੇ ਕੀ ਰਿਪੋਰਟ ਹੈ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਔਰ ਕੁਝ ਕਿਸਾਨ ਅਜਿਹੇ ਵੀ ਨੇ ਜੋ ਸਰਕਾਰਾਂ ਦੇ ਉੱਤੇ ਟੇਕ ਰੱਖਣ ਦੀ ਬਜਾਏ ਆਪਣੇ ਆਪ ਹੀ ਵਾਤਾਵਰਣ ਦੀ ਸਾਂਭ ਸੰਭਾਲ ਤੇ ਫਸਲੀ ਚੱਕਰ ਚੋਂ ਨਿਕਲਦੀ ਜਿਹੜੀ ਕੋਸ਼ਿਸ਼ ਕਰਦੇ ਔਰ ਸਫਲ ਵੀ ਹੁੰਦੇ ਨੇ ਸਫਲ ਮੈਂ ਇਸ ਕਰਕੇ ਆ ਕਿ ਜਿੰਨਾ ਕਿਸਾਨਾਂ ਨਾਲ ਮੈਂ ਗੱਲਬਾਤ ਕਰਨ ਲਈ ਤੁਹਾਨੂੰ ਲੈ ਕੇ ਆਇਆ ਉਹ ਕਾਮਯਾਬ ਹੋਏ ਨੇ ਸਾਰੇ ਚੱਕਰ ਚੋਂ ਮੇਰੇ ਤੁਸੀਂ ਨੇੜੇ ਦੇਖ ਰਹੇ ਹੋ ਕਿ ਜਿਹੜੀ ਕਣਕ ਦੀ ਬਜਾਈ ਕੀਤੀ ਗਈ ਆ ਉਹ ਬਿਨਾ ਨਾੜ ਨੂੰ ਅੱਗ ਲਾਉਣ ਤੋਂ ਅਜਹੀ ਤਕਨੀਕ ਨਾਲ ਕੀਤੀ ਗਈ ਆ ਕਿ ਵਾਤਾਵਰਨ ਵੀ ਜੜਾ ਉਹ ਪ੍ਰਦੂਸ਼ਿਤ ਨਾ ਹੋਵੇ ਸੋ ਕਿੰਨਾ-ਕਿੰਨਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਾਂ ਕਿੰਨਾ ਕੁ ਖਰਚਾ ਇਹਦੇ ਉੱਤੇ ਚੜਦਾ ਉਦੇ ਬਾਰੇ ਵੀ ਗੱਲਬਾਤ ਕਰਾਂਗੇ ਕੁਝ ਨਵਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਜਿਹੜਾ ਰੂਪਰੂ ਹੈ ਉਹ ਪੇਸ਼ ਕੀਤਾ ਜਾਵੇ ਮੇਰੇ ਨਾਲ ਭਾਜੀ ਸੁਖਰਾਜ ਸਿੰਘ ਪਿੰਡ ਭੋਏਵਾਲੀ ਤਹਿਸੀਲ ਇਹ ਨਾਲਾ ਤੋਂ ਮੌਜੂਦ ਹੈ ਜਿਨ੍ਹਾਂ ਦਾ ਇਹ ਦਾਵਾ ਹੈ ਕਿ ਉਹ ਪਿਛਲੇ ਕਾਫੀ ਲੰਮੇ ਸਮੇਂ ਤੋਂ ਜਿਹੜਾ ਆ ਇਸ ਤਰ੍ਹਾਂ ਹੀ ਖੇਤੀ ਕਰਦੇ ਹੁੰਦੇ ਆ ਗੱਲਬਾਤ ਕਰਕੇ ਉਹਨਾਂ ਦੇ ਆਪ ਮੂੰਹ ਤੋਂ ਜਾਣਦੇ ਆ ਕਿ ਉਹ ਕਿਵੇਂ ਦਾ ਜਿਹੜਾ ਆ ਇਹ ਖੇਤੀ ਨੂੰ ਅਪਣਾਇਆ ਤੇ ਕਿਵੇਂ ਦਾ ਮਹਿਸੂਸ ਕਰਦੇ ਆ ਭਾਜੀ ਸਵਾਗਤ ਹੈ ਸਾਡੇ ਨਾਲ ਜੁੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਪਿੰਡ ਭੋਏਵਾਲੀ ਤਹਿਸੀਲ ਇਹ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਇਹ ਸੁਖ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਯੂਐਨਓ ਦੀ ਟੀਮ ਵੱਲੋਂ ਜਿਹੜਾ ਤੁਹਾਨੂੰ ਸਨਮਾਨਤ ਕੀਤਾ ਗਿਆ ਇਸ ਕੋ ਪ੍ਰੋਜੈਕਟ ਸੀ 2 ਸਾਲ ਦਾ ਪ੍ਰੋਜੈਕਟ ਕੀ ਥੋੜਾ ਉਹਦੇ ਬਾਰੇ ਵਿਸਤਾਰ ਚ ਦੱਸ ਦਿਓ ਉਹ ਪ੍ਰੋਜੈਕਟ ਇਹਨਾਂ ਨੇ ਦਿੱਤੇ ਸੀ ਤੇ ਸੰਦ ਸੰਦ ਮਈਆ ਕਰਵਾਏ ਸੀ ਸਾਨੂੰ ਕੇਤੀ ਬੜੀ ਵੱਲੋਂ ਤੇ ਉਹੀ ਕੀ ਨਾਂ ਜੋਨ ਜੋਨ ਵਾਲਿਆ ਕੋ ਤੇ ਅਸੀਂ ਵਰਤਦੇ ਰਹੇ ਆ 2 ਸਾਲ ਦਿੱਤੇ ਸਨ 2 ਸਾਲ ਬਾਅਦ ਲੈ ਗਏ ਪਤਾ ਨਹੀਂ ਕਿਉਂ ਲੈ ਗਏ ਇਹ ਨਹੀਂ ਸਮਝ ਲੱਗੀ ਤੇ ਅਸੀਂ ਫਿਰ ਆਪਣੇ ਸੰਦ ਲੈ ਆਏ ਇਹ ਪੀਸੀਡਰ ਸੀ ਇਹ ਪੀਸੀਡਰ ਨਾਲ ਵਧੀਆ ਪਰਾਲੀ ਚੱਕਣ ਕੇ ਰੀ ਜਾਂਦੀ ਸਿੱਧੀ ਵਿਆਹੀ ਹੁੰਦੀ ਆ ਅੱਗ ਲਾਉਣ ਤੋਂ ਬਿਨਾ ਤੇ ਹਾਤੇ ਦੇ ਸਾਹਮਣੇ ਹੀ ਵੇਖ ਲੋ ਇਹਦੇ ਨਾਲ ਪ੍ਰਾਜੜਿਆ ਕੋਈ ਗੱਲ ਨਹੀਂ ਦੀ ਪਰਾਲੀ ਦੇ ਵਿੱਚ ਕਣਕ ਵੀ ਉੱਗੀ ਆ ਇਹ ਇਸ ਤਰ੍ਹਾਂ ਹੀ ਮੈਂ 30 35 ਕਿੱਲੇ ਦੀ ਖੇਤੀ ਕਰਦਾ ਜੀ ਤੇ ਇਸ ਤਰ੍ਹਾਂ ਹੀ ਵੱਢਾਂ ਜੀ ਬੀਜਦਾ ਹਾਂ ਕਿੰਨਾ ਟਾਈਮ ਹੋ ਗਿਆ ਕਿੰਨਾ ਟਾਈਮ ਹੋ ਗਿਆ ਇਹਨੂੰ ਇਸ ਤਰ੍ਹਾਂ ਹੀ ਬਿਨਾ ਅੱਗ ਜਿਹੜੀ ਰਹਿ ਦਿਖਉਂਦੇ ਆ ਸੌਰੀ ਨਾੜਿਆ ਰਹਿ ਦਿਖਉਂਦੇ ਇਹਨੂੰ ਅੱਗ ਲਾਉਣ ਤੋਂ ਬਿਨਾ ਖੇਤੀ ਕਰਨ ਨੂੰ ਕਿੰਨਾ ਟਾਈਮ ਹੋ ਗਿਆ ਮੈਨੂੰ 8 ਸਾਲ ਹੋ ਗਏ ਜੀ ਇਸ ਤਰ੍ਹਾਂ ਹੀ ਮੈਂ ਬਿਜਾਈ ਕਰਦਾ ਸਿੱਧੀ ਬਿਜਾਈ ਹੋ ਜਾਂਦੀ ਆ ਤੇ ਬਹੁਤ ਸੌਖੇ ਰੀ ਦਾ ਤੇਲ ਵੀ ਘੱਟ ਬਲਦਾ ਤੇ ਆਪ ਵੀ ਸੌਖੇ ਰੀ ਦਾ ਸੰਧ ਵੀ ਬਜੇ ਰਹਿੰਦੇ ਨੇ ਸਿਰਫ ਐਪੀਸੀ ਡਰ ਚੱ ਇਸੋ ਕਿਸਾਨਾਂ ਦਾ ਇੱਕ ਹੈਗਾ ਹੈ ਨਾ ਕਿ ਰੋਸ ਵੀ ਕਹਿ ਲਈਏ ਕਿ ਜਿਹੜੇ ਰੈਂਤ ਖੁੰਦਿਆ ਦੀ ਸਾਮ ਸੰਭਾਲ ਜਿਹੜੀ ਆ ਬੜੀ ਔਖੀ ਆ ਵੱਧ ਖਰਚਾ ਚੜਦਾ ਆ ਖਰਚਾ ਵੀ ਦੱਸ ਦਿਓ ਕਿ ਜੇ ਬਿਨਾ ਅੱਗ ਅੱਗ ਲਾਉਣ ਤੋਂ ਆਪਾਂ ਇਸ ਤਰ੍ਹਾਂ ਜਿਹੜੀ ਬਜਾਈ ਕਰਦੇ ਆ ਤੇ ਆਮ ਅੱਗ ਲਾਉਣ ਤੋਂ ਜਿਹੜਾ ਬਿਨ ਖਰਚਾ ਹੁੰਦਾ ਉਹ ਤੋਂ ਇਲਾਵਾ ਕਿੰਨਾ ਖਰਚਾ ਉੱਪਰ ਚੜ ਜਾਂਦਾ ਕੋਈ ਖਰਚਾ ਨਹੀਂਗਾ ਜੀ ਵੇਖ ਲਓ ਤੁਹਾਡੇ ਸਾਹਮਣੇ ਆ ਕਿੱਡੀ ਕਿੱਡੀ ਕੋਸਣੀ ਕਰਨ ਕੋਗੀ ਆ ਇੱਕ ਉਹ ਮਤਲਬ ਕਟਰਲ ਫੇਰਨਾ ਪਹਿਲਾਂ ਪਰਾਲੀ ਨੂੰ ਇੱਕ ਸਾਰ ਖਿਲਾਰ ਲੈਣਾ ਫਿਰ ਹੈਪੀਸੀਡਰ ਨੂੰ ਬੀਜ ਕਰ ਦੇਣੀ ਕੋਈ ਗੱਲ ਨਹੀਂ ਮੁਸ਼ਕਲ ਕੋਈ ਨਹੀਂ ਆਉਂਦੀ ਕਈ ਕੋ ਡੀਜ਼ਲ ਦਾ ਖਰਚਾ ਕਿੰਨਾ ਇਹਦਾ ਖਰਚਾ ਘਟਦਾ ਜੀ ਇਹ ਦਿਨ ਹੋਣ ਨਾਲੋਂ ਹਾਂਜੀ ਇਹ 5-7 ਲੀਟਰ ਨਾਲ ਹੀ ਕੰਮ ਦਿੰਦਾ ਕਿਲਾ ਉਵੇਂ ਜਿਹੜਾ ਦੂਜਾ ਆਪਾਂ ਵਾਹ ਕੇ ਬਣਾ ਕੇ ਤੇ ਫਿਰ 15-20 ਲੀਟਰ ਬਲਦਾ ਜੀ ਮਤਲਬ ਕਿ ਇਹਦਾ 15-20 ਲੀਟਰ ਡੀਜ਼ਲ ਬਲ ਜਾਂਦਾ ਇਸ ਤਰ੍ਹਾਂ 5 ਲੀਟਰ ਨਹੀਂ ਬਲਦਾ ਨਹੀਂ ਸੋ ਕਿਸਾਨ ਕਹਿ ਦਿੰਦੇ ਆ ਨਾ ਕਿ ਉਸ ਤਰ੍ਹਾਂ ਸਾਨੂੰ ਜਿਹੜਾ ਉਹ ਸਸਤਾ ਪੈਂਦਾ ਹੈ ਤੇ ਇਸ ਤਰ੍ਹਾਂ ਸਰਕਾਰ ਸਾਨੂੰ ਕੋ 2000 ਪਰ ਏਕੜ ਵੱਖਰੇ ਪੈਸੇ ਮਹੇਆ ਕਰਵੇ ਤੇ ਫਿਰ ਅਸੀਂ ਰੈਂਟ ਖੁੰ ਨੂੰ ਸਾਮ ਸਕਦੇ ਆ ਜੋ ਉਹ ਤੇ ਫਿਰ ਕਿਸਾਨਾਂ ਦੀ ਆਪਣੀ ਮੰਗ ਹੈ ਨਾ ਤੇ ਸਾਨੂੰ ਦਿਓ ਕੁਛ ਨਾ ਕੁਛ ਮਿਲਦਾ ਜਾਵੇ ਚੰਗਾ ਹੀ ਆ ਰੈਂਟ ਖੁੰ ਤੇ ਜਿਹੜੀ ਇਹ ਚੰਗੀ ਗੱਲ ਨਹੀਂ ਵਾਤਾਵਰਨ ਬੜਾ ਖੇਲ ਹੁੰਦਾ ਦੂਜਾ ਹਰਿਆਲੀ ਵੀ ਖਤਮ ਹੋ ਜਾਂਦੀ ਆ ਪ੍ਰਦੂਸ਼ਣ ਵੀ ਫੈਲਦਾ ਹੈ ਤੇ ਪ੍ਰਦੂਸ਼ਣ ਵਿਚਾਰ ਰਵੇ ਤੇ ਇਹ ਸਰਕਾਰਾਂ ਨੇ ਤੇ ਕੋਈ ਨਾ ਕੋਈ ਦੇਣਾ ਚਾਹੀਦਾ ਚਲੋ ਦੇਣ ਤੇ ਬਾਕੀ ਇਹ ਆ ਵੀ ਇਹਦੇ ਨਾਲ ਖਰਚਾ ਬਹੁਤ ਘਟ ਜਾਂਦਾ 35 ਗੱਲੇ ਤੁਸੀਂ ਖੇਤੀ ਗਿਆ 35 ਗੱਲੇ ਸਾਰੀ ਇਸ ਤਰ੍ਹਾਂ ਹੀ ਕੀਰਦੇ ਆਪਾਂ ਇਸ ਤਰ੍ਹਾਂ ਹੀ ਕੀਰਦਾ ਨਹੀਂ ਵੱਡਾ ਜੀ ਕੁਝ ਹੱਥ ਦੀ ਵਾੜਿਆ ਤੇ ਕੁਝ ਕੰਬਾਈਨ ਦੀ ਵਾੜਿਆ ਕੰਬਾਈਨ ਦੀ ਵਾੜ ਨੂੰ ਵੀ ਨਹੀਂ ਅੱਗ ਲਾਈਦੀ ਤੇ ਨਾ ਹੀ ਪਰਾਲੀ ਕੱਢੀਦੀ ਆ ਤੇ ਹੱਥ ਦੀ ਵਾੜ ਨੂੰ ਤੇ ਚਲੋ ਤੁਹਾਨੂੰ ਪਤਾ ਹੀ ਸੌਖੇ ਕਰ ਜਾਂਦਾ ਤੁਸੀਂ ਸਨਮਾਨ ਪੱਤਰ ਵਿਖਾਏ ਆ ਕੁਝ ਤਸਵੀਰਾਂ ਵੀ ਤਸਵੀਰਾਂ ਵੀ ਵਿਖਾਈਆਂ ਨੇ ਯੂਨੋ ਦੀਆਂ ਜਿਹੜੀਆਂ ਤੁਸੀਂ ਕਿਹਾ ਉਹ ਪ੍ਰੋਜੈਕਟ ਸੀ ਕੋਈ ਜਿਹੜਾ ਚੱਲਦਾ ਪਿਆ ਉਹਦੇ ਤਹਿਤ ਉਹਨਾਂ ਨਾਲ ਕਿਵੇਂ ਰਾਬਤਾ ਕਾਇਮ ਹੋਇਆ ਕਿਵੇਂ ਇੱਥੇ ਜਿਹੜਾ ਹੈ ਕਿ ਉਹਨਾਂ ਨੇ ਸਰਵੇ ਕੀਤਾ ਕਿਵੇਂ ਪਹੁੰਚ ਤੁਹਾਡੇ ਤੱਕ ਹੋਈ ਉਹ ਖੇਤੀਬਾੜੀ ਵਾਲੇ ਸੀ ਆਪਣੇ ਰਣਬੀਰ ਸਿੰਘ ਰੰਦਾਵਾ ਸਾਹਿਬ ਇੱਥੇ ਆਉਂਦੇ ਰਹੇ ਸਾਡੇ ਕੋਲ ਸਮੇਂ-ਸਮੇਂ ਤੇ ਸਾਨੂੰ ਬਿਯਾਈ ਵੀ ਕਰਾਉਂਦੇ ਰਹੇ ਵੇਖਿਆ ਵੀ ਉਹਨਾਂ ਨੇ ਸਾਡੇ ਫਸਲਾਂ ਲ ਤੇ ਉਹ ਵਿੱਚੋਂ ਵੀ ਆਉਂਦੇ ਦੇਖਣ ਵੀ ਵੀ ਕਿੰਨੀ ਛੋੜੀ ਕਰਨ ਕੋਈ ਕੀ ਆ ਇੱਥੇ ਲਾਇਆ ਹੀ ਪੰਡਾਲ ਵੀ ਉਹਨਾਂ ਨੇ ਬਹੁਤ ਵਧੀਆ ਹੀ ਕੰਮ ਉਹਨਾਂ ਦੇ ਰਾਹੀਂ ਹੋਇਆ ਏਹੀ ਜਿਹੜੇ ਬਾਹਰ ਵਾਲੇ ਪ੍ਰੋਜੈਕਟ ਵਾਲੇ ਸੀ। ਜੁਵਨ ਹੋਲੇ। ਅੱਛਾ ਜੀ ਉਹਨਾਂ ਕੋਈ ਵਿਸ਼ੇਸ਼ ਕੀ ਸਹਿਯੋਗ ਦਿੱਤਾ? ਉਹਨਾਂ ਦਾ ਸਹਿਯੋਗ ਇਹੋ ਹੀ ਵੀ ਸਾਨੂੰ ਇਹੋ ਸ਼ਾਬਾਸ਼ੀ ਦਿੰਦੇ ਰਿਹਾ ਸਹਿਯੋਗ ਤੇ ਏਡਾ ਕੋਈ ਨਹੀਂ। ਦੋ ਸਾਲ ਦਾ ਸਾਨੂੰ ਦਿੱਤੇ ਹੀ। ਦੋ ਸਾਲ ਵਰਤੇ ਉਹ ਬਾਕੀ ਲੈ ਗਏ ਫਿਰ ਬਾਅਦ। ਉਹ ਵਾਪਸੀ ਕਿਉਂ ਏ? ਪਤਾ ਨਹੀਂ ਕਿਉਂ ਆਂਦੇ ਸੀ ਦੋ ਸਾਲ ਦਾ ਪ੍ਰੋਜੈਕਟ ਆ ਵੱਧ ਨਹੀਂ ਗਿਆ ਸਾਨੂੰ। ਉਹ ਲੈ ਗਏ ਇੱਕ ਕਟਰ ਸੀ, ਇੱਕ ਐਪੀਸੀਡਰ ਸੀ। ਤੇ ਸਰਕਾਰ ਵੱਲੋਂ ਕੋਈ ਸੰਧ ਕੋਈ ਸਬਸਿਡੀ ਤੇ ਜਾਂ ਕੋਈ ਉਸ ਤਰ੍ਹਾਂ ਦਿੱਤੇ ਹੋਣਗੇ। ਜਿਦ ਤਰ੍ਹਾਂ ਪ੍ਰਸ਼ੰਸਾ ਪੱਤਰ ਨੇ ਇਹਨਾਂ ਤੋਂ ਇਲਾਵਾ ਹਾਂਜੀ ਆ ਜਿਹੜਾ ਹੈ ਪੀਸੀਡਰ ਮੈਂ ਚਲਾਉਣਾ ਇਹ ਸਬਸਿਡੀ ਤੇ ਲਿਆ ਜੀ ਇਹਦੇ ਵਿੱਚ ਇਹ 1.5 ਲੱਖ ਦਾ ਇਹ ਪੁਰਜਾ ਸੀ 35000 ਸਬਸਿਡੀ ਮੈਨੂੰ ਮਿਲੀ ਹਾਂਜੀ ਤੇ ਟਰੈਕਟਰ ਕਿਹੜਾ ਹੈ ਕਿਹੜਾ ਪਲੌਂਦੇ ਦੇ ਨਾਲ ਤੋਂ ਟਰੈਕਟਰ 60 ਟਨ ਬੋਝ ਖਿੱਚਦਾ ਜੀ ਇਹਨੂੰ ਸੋਨਾਲੀਕਾ 60 ਉਹਦੀ ਕਿੰਨੀ ਕੀਮਤ ਹੈ ਉਹਦੀ ਕੀਮਤ 4 ਲੱਖ ਰਹੀ ਸੀ ਉਦੋਂ ਜਦੋਂ ਮੈਂ ਲਿਆ ਸੀ ਹੁਣ ਤੇ ਕੋਈ ਹੋਣਾ 6-7 ਲੱਖ ਦਾ ਹੋਊਗਾ ਮਤਲਬ ਕਿ 6 ਲੱਖ ਦਾ ਹੋਇਆ ਤੇ 2 ਲੱਖ ਦਾ ਹੈਪੀਸੀਡਰ ਆ ਤੇ 8 ਲੱਖ ਦਾ ਘੱਟੋ ਘੱਟ ਪੈ ਜਾਂਦਾ ਤੇ ਆਮ ਕਿਸਾਨ ਦੇ ਬਜਟ 'ਚ ਕਿਵੇਂ ਆਏਗਾ ਆਮ ਕਿਸਾਨ ਨਹੀਂ ਲੈ ਸਕਦਾ ਇਹਨੂੰ ਵੱਡਾ ਟਰੈਕਟਰ ਨਹੀਂ ਖਰੀਦਦੇ ਉਹਨਾਂ ਦਾ ਤਾਂ ਫਿਰ ਮੁਸ਼ਕਲ ਹੋ ਜਾਂਦਾ ਕਿਰਾਏ ਕਰੋ ਇਹ ਤੇ ਕਰਾਉਣ ਤਾਂ ਫੇਰ ਹੀ ਆ ਕਿਰਾਇਆ ਦਾ ਕਿਰਾਇਆ ਕਿੰਨਾ ਸਰਕਾਰਾਂ ਦੇਣ ਇਧਰ ਸੰਦ ਸੰਦ ਕੋਈ ਜਿਵੇਂ ਸੋਸਾਇਟੀ ਆ ਜੀ ਦੇ ਦਿੰਦੇ ਆ ਜਾਂ ਹੋਰ ਕੋਈ ਪ੍ਰੋਜੈਕਟ ਬਣਾ ਕੇ ਦੇਣ ਤਾਂ ਫੇਰ ਆ ਕਿਰਾਇਆ ਕਿਰਾਇਆ ਕਿੰਨਾ ਇਹਦਾ ਜੇ 1 ਏਕੜ ਦੀ ਆਪਾਂ ਜਿਹੜੀ ਹੈਪੀ ਸੀਡ ਨਾਲ ਕਰਾਉਣੀ ਹੋਵੇ ਤੇ ਇਹ ਪੀਸੀਡ ਨਾਲ ਕਰਾਉਂਦੇ ਤੇ 1500 ਰੁਪਿਆ ਕਿਰਾਇਆ ਲੈਂਦੇ ਆ ਜੀ ਕਿੱਲੇ ਦਾ ਤੇ ਜੇ ਸੁਪਰ ਸੀਡਰ ਜਿਹੜੇ ਨਿਕਲੇ ਉਹਨਾਂ ਨਾਲ ਕਰਾਉਣ ਤਾਂ 2500 ਰੁਪਿਆ ਲੈਂਦੇ ਉਹ ਸੁਪਰ ਸੀਡਰ ਨਾਲ ਥੋੜਾ ਜਿਹਾ ਖਰਚਾ ਜ਼ਿਆਦਾ ਵੱਧ ਜਾਂਦਾ ਜਿਹੜਾ ਹੈ ਬੀਸੀ ਡਰੇ ਸੰਦ ਚੰਗਾ ਸੋ ਭਾਜੀ ਮੈਂ ਇਹੋ ਗੱਲ ਪੁੱਛਣਾ ਚਾਹੁੰਨਾ ਕਿ ਜਿਹੜੇ ਛੋਟੇ ਦੇ ਸੀਮਾਤ ਕਿਸਾਨ ਨੇ 2 ਏਕੜ ਵਾਲੇ 3 ਏਕੜ ਵਾਲੇ ਆ ਉਹਨਾਂ ਵਾਸਤੇ ਇਹ ਤਕਨੀਕ ਮਹਿੰਗੀ ਪੈਂਦੀ ਆ ਆ ਛੋਟੇ ਕਿਸਾਨ ਦੇ ਵਸਦਾ ਰੋਗ ਨਹੀਂਗਾ ਜੀ ਇਹ ਵੱਡਾ ਟਰੈਕਟਰ ਲੈਣਾ ਨਾ ਹੀ ਇਹ ਬੀਸੀ ਡਰੇ ਲੈ ਸਕਦੇ ਆ ਉਹਨਾਂ ਲਈ ਕੋਈ ਸਰਕਾਰ ਸੋਚੇ ਜਾਂ ਉਹ ਕਿਰਾਏ ਤੇ ਕਰਾਉਣ ਕਿਰਾਏ ਤੇ ਫਿਰ ਤੁਹਾਨੂੰ ਦੱਸਿਆ ਵੀ 1500 ਰੁਪਇਆ ਕਿਰਾਇਆ ਲੈਂਦੇ ਆ ਤੇ ਕੇਰ ਦਿੰਦੇ ਆ ਵਧੀਆ ਕਰਨ ਕੋ ਜੰਦੀ ਆ ਕੋਈ ਗੱਲ ਨਹੀਂ ਦੀ ਸੋ ਉਹਨਾਂ ਦਾ ਵੀ ਰੋਸ ਆ ਕਿ ਜੇ ਆਪਣੇ ਟਰੈਕਟਰ ਨਾਲ ਕੇਰ ਦੇਣ ਤਾਂ ਸਾਡਾ 1000 ਰੁਪਇਆ ਇਕੱਲੇ ਤੇ ਖਰਚਾ ਆ ਜਿਹੜੇ ਆਮ ਛੋਟੇ ਕਿਸਾਨ ਨੇ ਜਿਹੜੇ ਟਰੈਕਟਰ ਨਾਲ ਖੇਤੀ ਕਰਦੇ ਆ ਨਾ ਵਾ ਕੇ ਆਪਣੇ ਨਾਲ ਉਹ ਕਹਿੰਦੇ 1000 ਰੁਪਏ ਦਾ ਡੀਜ਼ਲ ਬਲਦਾ ਹੈ ਤੇ ਜਿਹੜੇ ਇਕੱਲੇ ਦੀ ਖੇਤੀ ਹੈ ਹੋ ਜਾਂਦੀ ਕਣਕ ਦੀ ਬਜਾਈ ਨਹੀਂ ਉਹ ਫਿਰ ਅੱਗ ਲਾ ਕੇ ਕਰਦੇ ਆ ਨਾ ਅੱਗ ਲਾਉਣ ਦਾ ਤੇ ਵਿਚਾਰ ਕਰਨਾ ਲੱਗਦਾ ਪਿਆ ਅੱਗ ਨਾ ਲਾਈ ਜਾਵੇ ਪ੍ਰਦੂਸ਼ਣ ਨਾ ਫੈਲੇ ਹੋਰ ਬਿਮਾਰੀਆਂ ਫੈਲਦੀਆਂ ਨੇ ਕਈ ਗੱਲਾਂ ਤੇ ਉਹ ਜਿਹੜੇ ਅੱਗ ਲਾ ਕੇ ਵਾਹ ਗੀ ਬੀਜ ਲੈਣੀ ਉਹ 1500 ਰੁਪਏ ਨੇ 2000 ਰੁਪਏ ਖਰਚਾ ਉਹ ਵੀ ਚੜ ਜਾਂਦਾ ਤੇ ਸੋ ਸੋ 7-8 ਸਾਲ ਤੁਸੀਂ ਕਿਹ ਹੋ ਗਏ ਆ ਤੇ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਕਣਕ ਦੇ ਝਾੜ ਤੇ ਵੀ ਕੋਈ ਅਸਰ ਪੈਂਦਾ ਆ ਜਾਂ ਇਹਦੀ ਜਦੋਂ ਪੈਦਾਵਾਰੇ ਦੀ ਵਾਧਈ ਆ ਉਦੋਂ ਵੀ ਕੋਈ ਫਰਕ ਪੈਂਦਾ ਇੱਥੇ ਨਹੀਂ ਜਿੰਨੇ ਤੇ ਕਣਕ ਬੀਜਣੀ ਆ ਜਾਂ ਝੋਨਾ ਲਾਉਣਾ ਉਹਨੂੰ ਕੋਈ ਮੁਸ਼ਕਲ ਨਹੀਂ ਕਿ ਜਿੰਨੇ ਸਬਜ਼ੀਆਂ ਸਬਜ਼ੀਆਂ ਬੀਜਣੀਆਂ ਨੇ ਜਾਂ ਕੋਈ ਹੋਰ ਫਸਲ ਬੀਜਣੀ ਆ ਉਹਨੂੰ ਮੁਸ਼ਕਲ ਆਉਂਦੀ ਹੈ ਪਰਾਲੀ ਕੱਢਣ ਦੀ ਜਾਂ ਸਾੜਨ ਦੀ ਮੁਸ਼ਕਲ ਆ ਜਾਂਦੀ ਆ ਬਾਕੀ ਜਿੰਨੇ ਝੋਨਾ ਤੋਂ ਕਣਕ ਲਾਉਣੀ ਆ ਕਣਕ ਤੋਂ ਝੋਨਾ ਬੀਜਦੇ ਨੇ ਇਹਨਾਂ ਨੂੰ ਕੋਈ ਲੋੜ ਨਹੀਂ ਮੈਨੂੰ 8 ਸਾਲ ਹੋ ਗਏ ਮੈਂ ਕਦੀ ਨਾੜ ਨੂੰ ਅੱਗ ਨਹੀਂ ਕਣਕ ਦੇ ਨੂੰ ਨਹੀਂ ਲਾਈ ਤੇ ਨਾ ਹੀ ਕਦੀ ਪਰਾਲੀ ਨੂੰ ਲਾਈ ਸੋ ਸਰਕਾਰ ਨੂੰ ਕੋਈ ਕਿ ਇਹਦੇ ਉੱਪਰ ਜਿਹੜਾ ਸਬਸਿਡੀ ਦਿੱਤੀ ਜਾਵੇ ਜਾਂ ਸਹੂਲਤਾਂ ਵੱਧ ਮਈਆ ਕਰਾਈ ਜਾਣ ਕਿ ਹਰ ਕਿਸਾਨ ਜਿਹੜਾ ਹੈ ਇਹ ਕੀਤੀ ਅਪਣਾ ਸਕੇ ਆ ਸਰਕਾਰ ਨੂੰ ਚਾਹੀਦਾ ਕਿ ਜਿਹੜਾ ਸੰਧ ਹੈ ਇਹ ਮਈਆ ਕਰਾਉਣ ਇੱਥੇ ਆਪਣੇ ਜਿਤਨੇ ਸੋਸਾਇਟੀ ਚ ਕਰਾਏ ਐ ਸੋਸਾਇਟੀ ਚ ਹੁਣ ਇੱਕ ਇੱਕ ਸੋਸਾਇਟੀ ਤੰਨਾ ਪਿੰਡਾਂ ਦੀ ਆ ਉਹ ਤੇ ਥੋੜੇ ਸੰਧ ਆ ਉਹ ਵਰਾ ਨਹੀਂ ਆਉਂਦਾ ਨਾ ਕਿਸੇ ਦਾ ਸਰਦਾ ਹੀ ਉਹਦੇ ਨਾਲ ਜਾਂ ਤੇ ਸਿੱਧੇ ਕੋਈ 5-4 ਪਿੰਡਾਂ ਨੂੰ ਦਿੱਤਾ ਜਾਵੇ ਇੱਕ ਪਿੰਡ ਜਿੱਦ ਦਿੱਤੇ ਜਾਣ ਤਾਂ ਆ ਕੋਈ ਜਿਤਨੇ ਉਹ ਬਣਾਏ ਹੁੰਦੇ ਆਪਣੇ ਤਾਂ ਬਣਾ ਨਹੀਂ ਗਰੁੱਪ ਬਣਾਉਂਦੇ ਆ ਗਰੁੱਪਾਂ ਨੂੰ ਸੰਧ ਦਿੱਤੇ ਜਾਣ ਤੋ ਸਾਰੇ ਵਰਤੇ ਜਾਣ ਤੋਂ ਫਿਰ ਮੁਸ਼ਕਲ ਆ ਲੱਗ ਸਕਦੀ ਹੈ। ਕਿਸਾਨਾਂ ਨੂੰ ਵੀ ਕੋਈ ਸੁਨੇਹਾ ਹੈਗਾ। ਕਿਸਾਨਾਂ ਨੂੰ ਇਹੋ ਜਿਹਾ ਸੁਨੇਹਾ ਵੀ ਅੱਗ ਲਾਉਣ ਤੋਂ ਬਿਨਾ ਕੰਕੀਰੋ। ਕੰਕੀ ਪੂਰੀ ਹੁੰਦੀ ਆ ਤੇ ਮੁਸ਼ਕਲ ਕੋਈ ਨਹੀਂ ਆਉਂਦੀ ਤੇ ਕੋਈ ਗੱਲ ਨਹੀਂ ਜਰਜੀ ਵੀ ਜਿਹੜੀ ਤੁਸੀਂ ਮਤਲਬ ਜਿਹੜਾ ਝੱਕਦੇ ਝੱਕਣ ਦੀ ਲੋੜ ਨਹੀਂ। ਇਤਰਾ ਵੱਡ ਚ ਬੀਜੋ ਬਰਾਲੀ ਚ ਬੀਜੋ ਕੋਈ ਗੱਲ ਨਹੀਂ। ਤਲਵਾ ਦੇ ਸੁਖਰਾਜ ਭਾਜੀ। ਤਲਵਾ ਦੇ ਤੁਹਾਡਾ। ਸੋ ਮੇਰੇ ਨਾਲ ਹੋਰ ਵੀ ਨੌਜਵਾਨ ਕਿਸਾਨ ਵੀਰ ਮੌਜੂਦ ਹੈ ਉਹਦੇ ਨਾਲ ਵੀ ਗੱਲਬਾਤ ਕਰਦੇ ਆਂ। ਭਾਈ ਨੇ ਦੱਸਿਆ ਕਿ ਕੋਈ ਬਹੁਤੀ ਦਿੱਕਤ ਨਹੀਂ ਆਉਂਦੀ। ਉਹ ਯੋਜਵਾਨ ਕਿਸਾਨ ਹੈ ਗਾਂਵ ਵਦੂਜੇ ਥੋੜਾ ਜਿਹਾ ਦਿੱਕਤਾਂ ਦਾ ਵੀ ਜ਼ਿਕਰ ਕਰਦੇ ਹੋ ਜੇ ਬਾਈ ਦੀ ਵੀ ਇਹ ਕੇਵਲੇ ਹੁੰਦਾ ਹੋਵੇ ਕਿ ਯਾਰ ਕਿਹੜੇ ਚੱਕਰ ਚ ਪਏ ਇਹਦੇ ਨੂੰ ਚੰਗਾ ਅੱਗ ਲਾ ਕੇ ਆਪਾਂ ਬੀਜ ਦਿੰਦੇ ਮੈਂ ਗਰਦੇਵ ਸਿੰਘ ਕਿਸਾਨ ਪਿੰਡ ਪੋਇਆਲੀ ਬਲਾਕ ਜੇ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮੈਂ ਲਗਭਗ 6-7 ਸਾਲ ਤੋਂ ਬਿਨ ਅੱਗ ਲਾਏ ਜਿਹੜੀ ਖੇਤੀ ਕਰ ਰਿਹਾ ਤੇ ਕਣਕ ਦੀ ਬਜਾਈ ਜਿਹੜੀ ਆ ਮੈਂ ਹੈਪੀ ਸੀਡਰ ਦੇ ਨਾਲ ਹੀ ਕਰਦਾ ਵਾਂ ਤੇ ਪਰਾਲੀ ਇਸ ਤਰ੍ਹਾਂ ਹੀ ਮਲਚ ਸਾਰਾ ਵਿੱਚ ਰੱਖ ਕੇ ਤੇ ਇਸੇ ਦੇ ਸਾਰੀ ਕਰਦਾ ਮੈਂ ਕੋਈ ਦਿੱਕਤ ਵੀ ਕੋਈ ਆਈ ਨਹੀਂ ਦਿੱਕਤ ਹਰ ਤੱਕ ਕੋਈ ਨਹੀਂ ਆਈ ਤੇ ਜਦੋਂ ਦਾ ਆਪਾਂ ਇਹ ਹੈਪੀ ਸੀਡਰ ਅਪਣਾਉਂਦੇ ਆ ਉਹਦਾ ਝਾੜ ਦੇ ਵਿੱਚ ਹੀ ਵਾਧਾ ਵਾ ਤੇ ਜਦਾਂ ਐਸਆਰ 1 ਸਾਲ ਮਲਚ ਹੋਇਆ ਰਵੇ ਤੇ ਮਲਚ ਦੇ ਨਾਲ ਇਹਦਾ ਵੀ ਇਹਦੇ ਉੱਤੇ ਜਦਾਂ ਦਸਿਆ ਭਾਈਆਂ ਦੇ ਵੀ ਖਰਚੇ ਘਟਨੇ ਪਰ ਇਹਦੇ ਨਾਲ ਵੀ ਦਵਾਈ ਦਾ ਖਰਚਾ ਵੀ ਘਟਿਆ ਵੀ ਜਦੋਂ ਮਲਚ ਵੇਖਿਆ ਹੁਣ ਕਣਕ ਸਾਰੇ ਨਿਕਲ ਆਈ ਆ ਇਹ ਨਿੱਦਣ ਆ ਉਹਨੂੰ ਉਹ ਗੰਦੀ ਥਲਾਂ ਸ਼ਕਤੀ ਨਹੀਂ ਮਿਲਨੀ ਤੇ ਨਿੱਦਣ ਦੀ ਜੇ ਦਵਾਈ ਲਗਭਗ 2000 ਰੁਪਇਆ ਕਿਸਾਨ ਲਾ ਕੇ ਤੇ ਗੁਲੀ ਡੰਡਾ ਖਤਮ ਕਰਦੇ ਆ ਇਹ ਗੁਲੀ ਡੰਡਾ ਵੀ ਦੀ ਸਮੱਸਿਆ ਵੀ ਇਹਨੂੰ ਘਟ ਆਉਣੀ ਆ ਇੱਕ ਪਾਣੀ ਦੇਣਾ ਪੈਣਾ ਨਾਲ ਪਾਣੀ ਦੀ ਬਹਤ ਹੋਣੀ ਆ ਤੇ ਝਾੜ ਦੇ ਵਿੱਚ ਵੀ ਇਹਦੇ ਨਾਲ ਜਿਹੜਾ ਵਾਅਦਾ ਹੋਣਾ ਵਾ ਸੋ ਮੈਨੂੰ ਲੱਗਦਾ ਜਿਵੇਂ ਕਣਕ ਵੇਖਣ ਨੂੰ ਲੱਗਦੀ ਆ ਨਾ ਕਿ ਜਿਹੜੇ ਪ੍ਰੋਪਰ ਉਗਣੀ ਚਾਹੀਦੀ ਸੀ ਉਹ ਨਹੀਂ ਲੱਗਦਾ ਕਿ ਨਿਕਲਦੀ ਪਈ ਆ ਤੇ ਕਿਵੇਂ ਆਪਾਂ ਕਹਾਂਗੇ ਕਿ ਇਹਦਾ ਝਾੜ ਜਿਹੜਾ ਆਮ ਕਣਕ ਦੇ ਬਰਾਬਰ ਹੋਏਗਾ ਨਹੀਂ ਵੇਖੋ ਜੀ ਇਹ ਘੱਟੋ ਘੱਟ 95% ਤੇ ਨਿਕਲ ਆਈ ਆ ਤੇ ਪੂਰੀ ਕਣਕ ਨਿਕਲੀ ਨਿਕਲ ਹੋਣੀ ਆ ਕੋਈ ਸਮੱਸਿਆ ਨਹੀਂ ਹੋਣੀ ਤੇ ਕਈ ਕਿਸਾਨ ਵੀਰ ਇਦਾਂ ਦੇ ਵੀ ਜਦੋਂ ਵੀਡੀਓ ਆਪਾਂ ਵੇਖਦੇ ਆਂ ਵੀ ਲੋਕ ਅੱਜ ਵੀ ਆਪਾਂ ਗੱਲ ਕਰ ਰਹੇ ਆਂ ਤੇ ਥੱਲੇ ਕਮੈਂਟ ਕਰਦੇ ਆ ਵੀ ਇਹਦੇ ਉੱਪਰ ਜਿਹੜੀ ਆ ਜਦੋਂ ਆਪਾਂ ਖਾਦ ਪਾ ਦਿੱਤੀ ਤੇ ਇਹਦੇ ਥੱਲੇ ਖਾਦ ਨਹੀਂ ਜਾਣੀ ਇਦਾਂ ਦਾ ਕੋਈ ਕਿਸਾਨ ਵੀਰ ਕੋਈ ਚੱਕਰ ਨਹੀਂ ਹੈਗਾ ਤੇ ਖਾਦ ਜਿਹੜੀ ਆ ਉਹ چل جا نہیں ਥੱਲੇ ਜਦੋਂ ਆਪਾਂ ਪਾਣੀ ਦੇ ਕੇ ਇਹਨੂੰ ਖਾਦ ਪਾਈ ਜਿੰਨੀ ਖਾਦ ਪਾਵਾਂਗੇ ਉਨੀ ਉਨੀ ਲੱਗੂਗੀ ਜੇ ਦੂਜੀ ਦੇ ਕਿੰਨਾ ਅਸਰ ਕਰਦੀ ਆ ਉਨਾ ਹੀ ਅਸਰ ਜਿਹੜਾ ਵਾ ਖਾਦਿਆ ਇਹਦੇ ਉੱਪਰ ਕਰੇਗੀ ਇਹ ਵੀ ਕੋਈ ਸਮੱਸਿਆ ਨਹੀਂ ਆਗੀ ਤੇ ਨਾਲ ਹੀ ਮੈਂ ਇਹ ਵੀ ਕਹਿੰਦਾ ਮੈਂ ਪਿਛਲੇ ਦਿਨਾਂ ਚ ਪਟਿਆਲਾ ਸਾਈਡ ਇਹ ਕਾਫੀ ਤੁਹਾਨੂੰ ਵੀਡੀਓ ਸੁਣੀ ਆਈ ਵੀ ਸੁੰਡੀ ਦੀ ਸਮੱਸਿਆ ਹੈ ਉਹ ਸਾਰਾ ਹੀ ਜਿਹੜਾ ਕੋਈ ਹੁੰਦੇ ਨੇ ਬੰਦੇ ਢੜਕਾਉ ਬੰਦੇ ਹੁੰਦੇ ਨੇ ਉਹਨਾਂ ਦੇ ਕਹਿੰਦੇ ਖਾਤਰੀ ਉਹ ਸੁੰਡੀ ਜਿਹੜੀ ਆ ਉਹ ਐਵੇਂ ਕਿਤੇ ਸ਼ੋਅ ਕਰ ਦਿੰਦੇ ਨੇ ਉਹਦੇ ਖਾਰ ਉਹ ਕਹਿ ਦਿੰਦੇ ਵੀ ਗੁਲਾਬੀ ਸੁੰਡੀ ਇਹਨੂੰ ਆ ਗਈ ਆ ਅਸੀਂ 6-7 ਸਾਲ ਤੋਂ ਕਰ ਰਹੇ ਹਾਂ ਕਿ ਇਸ ਇਹ ਸਾਲ ਵੀ ਕੀਤੀ ਪਹਿਲਾਂ ਵੀ ਕੀਤੀ ਆ ਕੋਈ ਸਮੱਸਿਆ ਨਹੀਂ ਸਾਨੂੰ ਜਿਹੜੀ ਸੁੰਡੀ ਦੀ ਵੀ ਨਹੀਂ ਆਈ ਜਿਹੜੇ ਇਹਦੀ ਨਿਕਲਦੀ ਪੈਦਾਵਾਰ ਉਤਰਾ ਕਣਕ ਜਿਹੜੀ 10 ਦਿਨ ਚ ਉੱਪਰ ਆ ਜਾਂਦੀ ਆ ਤੇ ਮੀਂਹ ਦੇ ਵਿੱਚ ਪੂਰੀ ਜਿੰਦੀ ਪਾਣੀ ਲਾਉਣ ਯੋਗੀ ਹੋ ਜਾਂਦੀ ਹੈ ਇਹ ਵੀ ਉਸੇ ਤਰ੍ਹਾਂ ਹੀ ਹੈ ਹਾਂਜੀ ਉਸੇ ਤਰ੍ਹਾਂ ਵਾ ਥੋੜਾ ਜਾ ਉਗਣ ਦੇ ਵਿੱਚ ਇਹ ਤਿੰਨ ਦਿਨ ਲੇਟ ਹੁੰਦੀ ਹੈ ਤੇ ਪੱਕਣ ਦੇ ਵਿੱਚ 8 ਦਿਨ ਦਾ ਫਰਕ ਪਾ ਜਾਂਦੀ ਹੈ ਇਹ ਤੇ ਝਾੜ ਤੇ ਕਿੰਨਾ ਫਰਕ ਪੈਂਦਾ ਵਾਧਾ ਕੇ ਘਟਦਾ ਇਹ ਝਾੜ ਵਾਧਾ 2 ਤੋਂ 2.5 ਕੁਇੰਟਾ ਜਿਹੜਾ ਇਹ ਨਾਲ ਵਾਧੀ ਝਾੜ ਨਿਕਲਦਾ ਵਾ ਸੋ ਇਹ ਤੇ ਆਪਾਂ ਕੀਤੀ ਆ ਝੋਨੇ ਦੀ ਰਹਿਤ ਖੁੰਦਿਆ ਜਿਹੜੀ ਉਹਦੇ ਵਿੱਚ ਆਪਾਂ ਕਣਕ ਦੀ ਬਜਾਈ ਕਰ ਲਈਏ ਜਿਹੜੇ ਕਣਕ ਦੇ ਨਾਲ ਦੀ ਰਹਿਤ ਖੁੰਦਿਆ ਉਹਨੂੰ ਫਿਰ ਕਿਵੇਂ ਮਰਜ ਕਰਦੇ ਹੋ ਜ਼ਮੀਨ 'ਚ ਜਿਹੜੇ ਕਣਕ ਦੇ ਨਹਿਰ ਰਹਿਤ ਖੁੰਦਿਆ ਉਹ ਜਦੋਂ ਆਪਾਂ ਰੀਪਰ ਦਾ ਤੋੜੀ ਬਣਾ ਲੈਂਦੇ ਆ ਤੇ ਰੀਪਰ ਤੋਂ ਬਾਅਦ ਹੀ ਮੜ ਕੇ ਤਵਿਆਂ ਦੇ ਨਾਲ ਇੱਕ ਪਾਰ ਦੇ ਨਾਲ ਉਹਨੂੰ ਅਸੀਂ ਇਦਾਂ ਹੀ ਕਰ ਲੈਂਦੇ ਆ ਉਸ ਕੋਈ ਸਮੱਸਿਆ ਘਟਿਆ ਜਦੋਂ ਮੰਨ ਲਓ ਵੀ ਆਪਾਂ ਉਹਨੂੰ ਵਾਹ ਲਿਆ ਵਾਹ ਤੋਂ ਬਾਅਦ ਜਦੋਂ ਸਰਕਾਰ ਦੀ ਹਦਾਇਤਾਂ ਅਗਰ 10 ਜੂਨ ਨੂੰ ਜਾਂ 15 ਜੂਨ ਨੂੰ ਜਦੋਂ ਝੋਨੇ ਦੀ ਬਜਾਈ ਆਉਣੀ ਆ ਉਦੋਂ ਪਾਣੀ ਛੱਡ ਕੇ ਤੇ ਸਵਾਇਆ ਘੱਟ ਪਾਣੀ ਛੱਡ ਕੇ ਤੇ ਉਹਨੂੰ ਆਪਾਂ ਜਦੋਂ ਨਾੜ ਨੂੰ ਕਰਦੇ ਆ ਤੇ ਉਹ ਇੱਕ ਜਗ੍ਹਾ ਤੇ ਖਿਲ ਜਦਾ ਜਿਹੜੇ ਕਿਸਾਨ ਵੀ ਅੱਗ ਲਾ ਦਿੰਦੇ ਅੱਗ ਲਾਉਣ ਤੋਂ ਬਾਅਦ ਜਦੋਂ ਨਿਕਲਦੇ ਨੇ ਕਿ ਟਣਕੇ ਜੇ ਬਣ ਜਾਂਦੇ ਕਾਲੇ ਕਾਲੇ ਉਹ ਬਾਅਦ ਦੇ ਵਿੱਚ ਕਿਸੇ ਬੰਦ ਨਹੀਂ ਲੱਗਦੇ ਜੇ ਲੇਬਰ ਝੋਨਾ ਲਾ ਕੇ ਬਾਹਰ ਜਾਂਦੀ ਹਵਾ ਆਉਂਦੀ ਤੇ ਉਤੋਂ ਦੀ ਲੰਘ ਜਾਂਦੇ ਬੂਟੇ ਖਸੂਖ ਖਤਮ ਕਰ ਜਾਂਦੇ ਇਹ ਜਿਹੜਾ ਭਾਰਾ ਨਾੜ ਆ ਇੱਕ ਜਗ੍ਹਾ ਦੇ ਉੱਤੇ ਖਿਲੋਦਾ ਰਹਿੰਦਾ ਇਹ ਭੱਜ ਕੇ ਦੁਰਦੰਦੀ ਹੁੰਦਾ ਸਗੋਂ ਬੂ ਵਿੱਚ ਮਰ ਜਾਂਦੇ ਨੇ ਗੁੱਠਾਂ ਤੇ ਜਾਂ ਉਹ ਵੀ ਬੂਟੇ ਹੀ ਲਾਉਣੇ ਪੈਂਦੇ ਸਗੋਂ ਉਹ ਵੀ ਫਤਾ ਜੇ ਕਿਸਾਨ ਵੀ ਸੋਚੇ ਕਾਫੀ ਕਿਸਾਨ ਵੀ ਕਰ ਰਹੇ ਨੇ ਮੇਰੇ ਪਿੰਡ ਦੇ ਘਟੋ ਘਣ 60 70% ਕਿਸਾਨ ਨੇ ਜਿਹੜੇ ਏਕਾਨਿਕ ਦੇ ਅੰਦਾੜ ਨੂੰ ਆਗ ਨਹੀਂ ਲਾਉਂਦੇ ਤੇ ਝੋਨੇ ਵਰੀ ਵੀ ਇਹ 50% ਹੈਗੇ ਨੇ ਮਨੋ ਮੈਨੂੰ ਨਾ ਬਾਰ-ਬਾਰ ਖਰਚੇ ਦੀ ਗੱਲ ਕਰਨੀ ਪੈਂਦੀ ਕਿ ਜਦੋਂ ਕਿਸਾਨਾਂ ਨਾਲ ਗੱਲ ਕੀਤੀ ਖਰਚੇ ਦੀ ਗੱਲ ਕਰਦੇ ਖਰਚਾ ਇੱਥੇ ਜ਼ਿਆਦਾ ਚੜਦਾ ਥੋੜਾ ਖਰਚਾ ਵਿਸਤਾਰ ਦੱਸ ਦੋਗੇ ਉਸ ਤਰ੍ਹਾਂ ਕਿ ਪਰ ਏਕੜ ਤੇ ਕਿੰਨਾ ਖਰਚਾ ਆਉਂਦਾ ਇਹਦੇ ਨਾਲ ਕਿੰਨਾ ਖਰਚਾ ਜਾਂ ਬਾਈਤ ਹੁੰਦੀ ਜਾਂ ਵਾਧਾ ਇਹ ਹੈ ਪੀਸੀਡਰ ਦਾ ਜੇਨਤ ਤੁਹਾਨੂੰ ਦੱਸਿਆ ਹੀ 6 ਤੋਂ 7 ਲੀਟਰ ਮੰਨ ਲਓ ਪ੍ਰਾਈਸ ਦੇ ਵਿੱਚ ਅਜੇ ਪ੍ਰਾਈਸ ਤੋਂ ਬਿਨਾ ਆਪਾਂ ਹੈਪੀਡਰ ਕਰਦੇ ਫਿਰ 3 ਗੀ ਲੀਟਰ ਦੇ ਨਾਲ ਹੋ ਜਾਂਦਾ ਵਾ ਉਹ ਕਿਸਾਨ ਦੀ ਇੱਕ ਮੰਗਾ ਹੀ ਮੰਗਾਂ ਤੇ ਲੱਗੀ ਆ ਵੀ ਜੇ ਸਾਨੂੰ ਸਰਕਾਰ ਜਿਹੜੀ ਆ 2000 ਜਾਂ 3000 ਰੁਪਇਆ ਪਰ ਏਕੜ ਦੇ ਹਿਸਾਬ ਨਾਲ ਦੇ ਦੇ ਤੇ ਕਿਸਾਨ ਸੋਚਦਾ ਵੀ ਸਾਨੂੰ ਜਲ ਮਿਲ ਜਾਵੇ ਬਾਕੀ ਉਹ ਇੱਕ ਮੰਨੂ ਸਮਝਾਉਣ ਵਾਲੀ ਗੱਲ ਆ ਤੇ ਐਡੀ ਕੋਈ ਗੱਲ ਨਹੀਂ ਹੈਗੀ ਜੇ ਆਪਾਂ ਇਹ ਕਰਾਂਗੇ ਤੇ ਨਾਲ ਸਾਡਾ ਵਾਤਾਵਰਣ ਦੀ ਬਚਨਾ ਪੈ ਲਈ ਜੇ ਮੱਲੜ ਪੈ ਦੇ ਵਿੱਚ ਜਿਹੜੀ ਯੂਰੀਆ ਵਾ 7 ਸਾਲ ਪਾਉਣ ਦੇ ਨਾਲ ਇਹ ਇੱਕ ਤੋਂ ਡੇਢ ਬੋਰੀ ਦਾ ਯੂਰੀਆ ਦਾ ਖਰਚਾ ਵੀ ਘਟ ਜਾਣਾ ਸਾਡਾ ਡਾਇਆ ਦੇ ਖਰਚੇ ਘਟਣੇ ਨੇ ਪੋਟਾਸ਼ ਇਹਦੇ ਵਿੱਚੋਂ ਮਿਲ ਜਣੀ ਆ ਸਲਫਰ ਸਾਰਾ ਕੋਈ ਪ੍ਰਾਈਸ ਦੇ ਵਿੱਚ ਸਾਰੇ ਜਿਹੜੇ ਤਾਂ ਅਸੀਂ ਬਾਹਰੋਂ ਲਿਆ ਕੇ ਪਾਉਣੇ ਆ ਅਸੀਂ ਜਾ ਕੇ ਦੁਕਾਨ ਦੇ ਉੱਤੇ ਜਾ ਕੇ ਕਹਿੰਦੇ ਆ ਵੀ ਸਾਨੂੰ ਸਾਡੀ ਪੈ ਨੂੰ ਫਾਨੀ ਚੀਜ਼ ਦੀ ਘਾਟ ਆ ਕੀ ਅਸੀਂ ਉੱਥੋਂ ਲਿਆ ਕੇ ਸੁੱਟ ਦਿੰਦੇ ਆ ਜਿਹੜੀ ਆਪਣੀ ਸਾਡੀ ਵਿੱਚ ਪੈਦਾਵਾਰ ਪ੍ਰਾਈਸ ਤੋਂ ਜਾਂ ਇਹ ਨਾਰ ਤੋਂ ਸਾਨੂੰ ਮਿਲਨੀ ਆ ਉਹ ਹੀ ਹਵਾ ਦੇ ਵਿੱਚ ਸਾੜ ਕੇ ਤੇ ਸਾਰਾ ਤੈਅ ਕਰ ਦਿੰਦੇ ਆ ਉਹ ਸਾਨੂੰ ਫਿਰ ਖਰਚੇ ਸਾਡੇ ਬਾਹਰੋਂ ਸੋ ਕੋ ਲੈ ਕੇ ਪਾਉਣ ਉਹ ਸਾਡੇ ਖਰਚੇ ਸੋ ਵੱਧ ਦੇ ਤੇ ਇਦਾਂ ਕਰਦੇ ਸਾਡੇ ਖਰਚੇ ਘਟਦੇ ਆ ਮਤਲਬ ਤੁਸੀਂ 7-8 ਸਾਲ ਤੋਂ ਲਾਹੇਵੰਦੀ ਸਮਝ ਰਹੇ ਹੋ ਹਾਂਜੀ ਲਾਹੇਵੰਦ ਬਹੁਤ ਵਧੀਆ ਫਾਇਦਾ ਵਾ ਤੇ ਗਾਂ ਵੀ ਆਨਲਾਈਨ ਸਮੇਂ ਦੀ ਕਿਸ਼ਤਾਂ ਹੀ ਜਿਹੜਾ ਅਸੀਂ ਕਰਦੇ ਰਾਵਾਂਗੇ ਉਹ ਧੰਨਵਾਦ ਹੈ ਬਹੁਤ ਬਹੁਤ ਤੇ ਮੇਰੇ ਨਾਲ ਹੋਰ ਵੀ ਨੌਜਵਾਨ ਕਿਸਾਨ ਹੈ ਯੂਐਨਓ ਦੀ ਤੁਸੀਂ ਗੱਲ ਕਰ ਰਹੇ ਹੋ ਕਿਹੜੀ ਟੀਮ ਹੈ ਤੇ ਉਹਦਾ ਕੀ ਰੋਲ ਹੈ ਖੇਤੀਬਾੜੀ ਦੀ ਜਿਹੜੀ ਪੰਜਾਬ ਦੀ ਖੇਤੀ ਦੇ ਇਹਨੂੰ ਬਚਾਉਣ ਲਈ ਜਾਂ ਇਹਨੂੰ ਸਾਂਭ ਸੰਭਾਲ ਸੜਕੋ ਇੱਥੇ ਜੀ ਯੂ ਐਨ ਡੀ ਪੀ ਦੇ ਬੰਦੇ ਆਏ ਸੀ ਉਥੋਂ ਬਾਹਰੋਂ ਆਏ ਜੀ ਉਹ ਆ ਕੇ ਇੱਥੇ ਸਾਨੂੰ ਸੰਧ ਵੇਦਾ ਕਰਵਾਏ ਸੀ ਉਹਨਾਂ ਨੇ ਹੈਪੀ ਸੀਡਰ ਸਾਨੂੰ ਦਿੱਤੇ ਸੀ ਸਾਨੂੰ ਕਟਰ ਦਿੱਤਾ ਸੀ ਉਹਦੇ ਨਾਲ ਇਹ ਸੀ ਕਿ ਸਾਰੇ ਪਿੰਡ ਦੇ ਲੋਕ ਜਿਹੜੇ ਸੀ ਉਹ ਸਕਟਰ ਦਾ ਯੂਜ਼ ਕਰਦੇ ਸੀ ਤੇ ਉਹ ਮਤਲਬ ਉਹਦੇ ਵਾਸਤੇ ਯੂਜ਼ టు ਹੋ ਗਏ ਸੀ ਫਿਰ ਉਹ ਮਤਲਬ ਉਹਨਾਂ ਨੇ ਹੈਪੀ ਸੀਡਰ ਵਗੈਰਾ ਲੈ ਆਂਦੇ ਸੀ ਫਿਰ ਕਟਰ ਵੀ ਲੈ ਆਂਦੇ ਉਹਨਾਂ ਨੂੰ ਪਤਾ ਲੱਗਿਆ ਸੀ ਕਿ ਇਹ ਜਿਹੜੀ ਚੀਜ਼ ਹੈ ਇਹ ਬਹੁਤ ਬੈਨੀਫੀਸ਼ੀਅਲ ਹੈ ਸਾਡੇ ਲਈ ਇਹ ਜਿੱਦਾਂ ਮਤਲਬ ਪਹਿਲਾਂ ਬਹੁਤ ਘੱਟ ਲੋਕ ਜਿਹੜਾ ਸੀ ਇਸ ਚੀਜ਼ ਦੀ ਵਰਤੋਂ ਕਰਦੇ ਸੀ ਜਦੋਂ ਯੂ ਐਨ ਡੀ ਪੀ ਦੇ ਬੰਦਿਆਂ ਨੇ ਸਾਨੂੰ ਇਹ ਉੰਧਮ ਉਹ ਇਹਦਾ ਕਰਵਾਏ ਹੈਪੀ ਸਿਡਰ ਵਗੈਰਾ ਸਾਨੂੰ ਦਿੱਤੇ ਫਿਰ ਉਹ ਸਾਰੇ ਪਿੰਡ ਨੇ ਉਹ ਯੂਜ਼ ਕੀਤੇ ਤੇ ਸਾਰਿਆਂ ਨੂੰ ਪਤਾ ਲੱਗਾ ਕਿ ਇਹ ਚੀਜ਼ ਬਹੁਤ ਹੀ ਫਾਇਦੇਮੰਦ ਹੈ ਤੇ ਮੋਸਟਲੀ ਸਾਡੇ ਪਿੰਡ ਦੇ ਲੋਕਾਂ ਨੇ ਇਹ ਚੀਜ਼ਾਂ ਅਪਣਾ ਲਈ ਹੈਪੀ ਸਿਡਰ ਲੈਂਦੇ ਆ ਤੇ ਕਟਰ ਲੈਂਦੇ ਹੁਣ ਸਾਡੇ ਪਿੰਡ ਚ ਬਹੁਤ ਥੋੜੇ ਲੋਕ ਨੇ ਜਿਹੜੇ ਹੁਣ ਅੱਗ ਲਾਉਂਦੇ ਨੇ ਤੇ ਇਹ ਬਹੁਤ ਵਧੀਆ ਬੈਨੀਫੀਸ਼ੀਅਲ ਸੀ ਇਹੋ ਜੇ ਪ੍ਰੋਜੈਕਟ ਉਹਨਾਂ ਨੂੰ ਲੈ ਕੇ ਆਉਣੇ ਚਾਹੀਦੇ ਆ ਸਾਨੂੰ 2 ਸਾਲ ਲਈ ਉਹਨਾਂ ਨੇ ਸੰਧ ਦਿੱਤੇ ਸੀ ਤੇ ਦੋਵਾਂ ਸਾਲਾਂ ਬਾਅਦ ਉਹ ਲੈ ਗਏ ਸੀ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਮਤਲਬ ਪੱਕੇ ਸੰਦ ਦੇਣੇ ਚਾਹੀਦੇ ਹਰ ਪਿੰਡਾ ਦੇ ਵਿੱਚ ਦੇਣੇ ਚਾਹੀਦੇ ਤਾਂ ਕਿ ਸਾਰੇ ਲੋਕੀ ਜਿਹੜਾ ਕਿ ਛੋਟੇ ਕਿਸਾਨ ਨੇ ਉਹ ਆਪ ਸਾਧ ਨਹੀਂ ਲੈ ਸਕਦੇ ਫਿਰ ਉਹ ਜਦੋਂ ਉਹਨਾਂ ਨੇ ਸੰਦ ਦਿੱਤੇ ਸੀ ਉਹ ਬਹੁਤ ਬੈਨੀਫੀਸ਼ੀਅਲ ਸੀ ਕਿ ਛੋਟੇ ਕਿਸਾਨ ਵੀ ਜਿਹੜੇ ਸੀ ਉਹ ਹੈਪੀ ਸੀਡਰ ਸਾਡੇ ਕੋਲ ਲੈ ਜਾਂਦੇ ਸੀ ਕਟਰ ਲੈ ਜਾਂਦੇ ਸੀ ਛੋਟੇ ਕਿਸਾਨ ਵੀ ਉਹਦਾ ਵਰਤੋਂ ਕਰ ਸਕਦੇ ਸੀ ਪਰ ਹੁਣ ਔਖਾ ਹੋ ਜਾਂਦਾ ਛੋਟੇ ਕਿਸਾਨਾਂ ਲਈ ਬਹੁਤ ਔਖਾ ਹੈ ਵੀ ਉਹ ਵਿਚਾਰੇ ਹੁਣ ਨਹੀਂ ਲੈ ਸਕਦੇ ਏਡੀ ਮਹਿੰਗੀ ਚੀਜ਼ ਤੋ ਤੂੰ ਜਿਹੜਾ ਯੂਨਾਈਟਿਡ ਨੇਸ਼ਨ ਆਫ ਡਵੈਲਪਮੈਂਟ ਦੀ ਗੱਲ ਕੀਤੀ ਆ ਉਹ ਟੀਮ ਦਾ ਯੂਐਸਏ ਨਾਲ ਕੋਈ ਸਬੰਧ ਹੈ ਕਿ ਜਾਂ ਇੱਥੇ ਇਥੋਂ ਦੀ ਕੋਈ ਸੰਸਥਾ ਹੈ ਪੰਜਾਬ ਦੀ ਜਾਂ ਭਾਰਤ ਦੀ ਨਹੀਂ ਜੀ ਉਹ ਇੰਟਰਨੈਸ਼ਨਲ ਸੰਸਥਾ ਹੈ ਉਹ ਮਤਲਬ ਪੂਰੀ ਵਰਲਡ ਦੀ ਸੰਸਾ ਹੈ ਉਹ ਆਏ ਸੀ ਇੱਥੇ ਇੱਥੇ ਆ ਕੇ ਉਹਨਾਂ ਨੇ ਪੂਰਾ ਸਰਵੇ ਕੀਤਾ ਸੀ ਉਹਨਾਂ ਨੇ ਦੇਖਿਆ ਸੀ ਕਿਉਂਕਿ ਜਿਹੜੀ ਇਹ ਪ੍ਰੋਬਲਮ ਹੈ ਪੋਲਿਊਸ਼ਨ ਦੀ ਕਿਉਂਕਿ ਜਦੋਂ ਅੱਗ ਲੱਗਦੀ ਹੈ ਪੋਲਿਊਸ਼ਨ ਦੀ ਪ੍ਰੋਬਲਮ ਆਉਂਦੀ ਹੈ ਓਜ਼ੋਨ ਲੇਅਰ ਨੂੰ ਜਿਹੜਾ ਸਾਡਾ ਖਤਰਾ ਹੁੰਦਾ ਹੈ ਸੋ ਇਹ ਜਿਹੜੀ ਪ੍ਰੋਬਲਮ ਹੈ ਪੂਰੇ ਵਰਲਡ ਦੀ ਪ੍ਰੋਬਲਮ ਹੈ ਸੋ ਇਹ ਉਹਨਾਂ ਦਾ ਵੀ ਫਰਜ ਸੀ ਕਿ ਇਸ ਪ੍ਰੋਬਲਮ ਨੂੰ ਸੋਲਵ ਕੀਤਾ ਜਾਏ ਕਿਸਾਨਾਂ ਨੂੰ ਅਵੇਅਰ ਕੀਤਾ ਜਾਏ ਕਿ ਅੱਗ ਨਾਲ ਲੱਗੇ ਇਸ ਕਰਕੇ ਉਹ ਆਏ ਸੀ ਕਿ ਮਤਲਬ ਆਪਣਾ ਪੋਲਿਊਸ਼ਨ ਨੂੰ ਕੰਟਰੋਲ ਕੀਤਾ ਜਾਏ ਦੂਜਾ ਕਿ ਇਹ ਜਿਹੜੇ ਕਿਸਾਨ ਨੇ ਉਹਨਾਂ ਨੂੰ ਅਵੇਅਰਨੈਸ ਫੈਲਾਈ ਜਾਏ ਇਸ ਸੰਧ ਮਿਹਦਾ ਕਰਵਾਏ ਸੀ ਮੈਂ ਚਾਹੁੰਦਾ ਕਿ ਗਵਰਨਮੈਂਟ ਨੂੰ ਵੀ ਸਖਤ ਕਦਮ ਚੁੱਕਣੇ ਚਾਹੀਦੇ ਇਸ ਖਿਲਾਫ ਉਹਨਾਂ ਨੂੰ ਸਾਨੂੰ ਛੋਟੇ ਕਿਸਾਨਾਂ ਲਈ ਮਦਦ ਕਰਨੀ ਚਾਹੀਦੀ ਹੈ ਸੰਧ ਮਿਹਦਾ ਕਰਵਾਉਣੇ ਚਾਹੀਦੇ ਹੈ ਸਬਸਿਡੀਆਂ ਹੋਰ ਵਧਾਉਣੀਆਂ ਚਾਹੀਦੀਆਂ ਤਾਂ ਕਿ ਜਿਹੜੇ ਛੋਟੇ ਕਿਸਾਨ ਹੈ ਉਹ ਵੀ ਮਤਲਬ ਆਪਣਾ ਸੰਧ ਲੈ ਸਕਣ ਤੇ ਜਿਹੜੀ ਪੋਲੂਸ਼ਨ ਫਰੀ ਖੇਤੀ ਕਰ ਸਕਣ ਸੋ ਕਈ ਕਈ ਨਾ ਖੇਤੀ ਮਾਰਦੇ ਕਈ ਕਿਸਾਨਾਂ ਦਾ ਵੀ ਤਰਕ ਹੈ ਕਿ ਜਿਹੜੀ ਆਪਾਂ ਅੱਗ ਲਾ ਕੇ ਰਹਿਤ ਖੁੰਦ ਨੂੰ ਸਾੜਦੇ ਆ ਨਾ ਉਹਦਾ ਵੀ ਉਹਨਾਂ ਹੀ ਪੋਲੂਸ਼ਨ ਹੈ ਤੇ ਜਦੋਂ ਇਹ ਜ਼ਮੀਨ ਦੇ ਵਿੱਚ ਗਲਦੀ ਸੜਦੀ ਆ ਉਦੋਂ ਸੋਕੇ ਦਾ ਵੱਧ ਖਤਰਨਾਕ ਪੋਲੂਸ਼ਨ ਪੈਦਾ ਹੁੰਦਾ ਨਹੀਂ ਜੀ ਇਹ ਬਿਲਕੁਲ ਗਲਤ ਗੱਲ ਹੈ ਚੋਂ ਜਿਹੜੀ ਇਹ ਪ੍ਰਾਲੀ ਹੈ ਇਹ ਸਾਡਾ ਫਰਟੀਲਾਈਜ਼ਰ ਦਾ ਕੰਮ ਕਰਦੀ ਹੈ ਇਹਦੇ ਵਿੱਚ ਪੋਟਾਸ਼ੀਅਮ ਹੈ ਹੋਰ ਵੀ ਜਿਹੜੇ ਤੱਤ ਜਦੋਂ ਅਸੀਂ ਖਾਦ ਪਾਉਂਦੇ ਆ ਉਹ ਬਹੁਤ ਐਕਸਪੈਂਸਿਵ ਆਉਂਦੀ ਹੈ ਸੋ ਇਹ ਜਿਹੜੀ ਇੱਕ ਸਾਉ ਦੀ ਖਾਦ ਹੈ ਪੈਸ ਫਰਟੀਲਾਈਜ਼ਰ ਹੈ ਠੀਕ ਹੈ ਇਹ ਸਾਡੀ ਬਹੁਤ ਮਦਦ ਕਰਦੀ ਹੈ ਕਣਕ ਨੂੰ ਕਣਕ ਦੇ ਬੀ ਨੂੰ ਗਰੋ ਹੋਣ ਦੇ ਵਿੱਚ ਮਦਦ ਕਰਦੀ ਹੈ ਫਿਰ ਉਹਨੂੰ ਤਾਕਤਵਰ ਬਣਾਉਂਦੀ ਹੈ ਝਾੜ ਵੀ ਝਾੜ ਦੇ ਵਿੱਚ ਵੀ ਕਾਫੀ ਸਾਡਾ ਵਾਧਾ ਹੁੰਦਾ ਮੈਂ ਕਈ ਸਾਲਾਂ ਤੋਂ ਖੇਤੀ ਕਰਦੇ ਆ ਸੋ ਸਾਨੂੰ ਅਸੀਂ ਇਦਾਂ ਹੀ ਕਰਦੇ ਆ ਖੇਤੀ ਸਾਨੂੰ ਕਾਫੀ ਫਾਇਦਾ ਹੁੰਦਾ ਝਾੜ ਦੇ ਵਿੱਚ ਵਾਧਾ ਹੋ ਰਿਹਾ ਹੈ ਜਿਹੜੇ ਜ਼ਮੀਨ ਨਾਲ ਜੁੜੇ ਹੋਏ ਮਿੱਤਰ ਕੀੜੇ ਨੇ ਉਹਨਾਂ ਨੂੰ ਕੋਈ ਫਾਇਦਾ ਜਾਂ ਨੁਕਸਾਨ ਪਹੁੰਚਦਾ ਇਸ ਨਾਲ ਨਹੀਂ ਜੀ ਜਦੋਂ ਅਸੀਂ ਸਾੜ ਦਿੰਨੇ ਆ ਜਦੋਂ ਅੱਗ ਲੱਗਦੀ ਆ ਤੇ ਫਿਰ ਵਿੱਚ ਕੀ ਹੁੰਦਾ ਕਿ ਸਾਰੇ ਕੀੜੇ ਮਰ ਜਾਂਦੇ ਪਏ ਮਿੱਤਰ ਕੀੜੇ ਆ ਪਏ ਦੂਜੇ ਕੀੜੇ ਆ ਉਹ ਸਾਰੇ ਮਰ ਜਾਂਦੇ ਇਦਾਂ ਕੀ ਹੁੰਦਾ ਕਿ ਜਿਹੜੇ ਮਤਲਬ ਮਿੱਤਰ ਕੀੜੇ ਆ ਉਹ ਵੀ ਨਹੀਂ ਮਰਦੇ ਤੇ ਦੂਜੇ ਕੀੜਿਆਂ ਦੇ ਵੀ ਜੁੱਦੇ ਕੀੜਿਆਂ ਦੇ ਉੱਤੇ ਤਾਂ ਸਪਰੇਅ ਹੋ ਜਾਣੀ ਉਹਨਾਂ ਤਾਂ ਮਾਰੀ ਜਾਣਾ ਇਹਦੇ ਨਾਲ ਕੀ ਹੁੰਦਾ ਕਿ ਇਹ ਇੱਕ ਸਾਵਦੇ ਖਾਦ ਦਾ ਕੰਮ ਕਰਦੀ ਹੈ ਜਿੱਦਾਂ ਅਸੀਂ ਖਾਦ ਪਾਉਂਨੇ ਆ ਨਾ ਉਹਦਾ ਕੰਮ ਕਰਦੀ ਹੈ ਸਾਡਾ ਖਾਦ ਦਾ ਖਰਚਾ ਘਟ ਜਾਂਦਾ ਹੈ ਤੇ ਦੂਜਾ ਵੀ ਪੋਲੂਸ਼ਨ ਨਹੀਂ ਹੁੰਦੀ ਉਹ ਤਾਂ ਹੈ ਹੀ ਸਭ ਤੋਂ ਵਧੀਆ ਚੀਜ਼ ਹੈ ਦੂਜਾ ਝਾੜ ਵੀ ਵੱਧਦਾ ਹੈ ਸੋ ਧੰਨਵਾਦ ਹੈ ਬ੍ਰਦਰ ਗੱਲਬਾਤ ਕਰਨ ਲਈ ਸੋ ਦੋਸਤੋ ਤੁਸੀਂ ਰਹਿਮਤ ਤੇ ਸਰਕਾਰ ਟੀਵੀ ਨਾਲ ਜੁੜੇ ਰਹਿਣਾ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੀਆਂ ਜ਼ਮੀਨਾਂ ਦੀ ਪੰਜਾਬ ਦੇ ਵਾਤਾਵਰਣ ਦੀ ਜਿਹੜੀ ਗੱਲ ਆ ਉਹ ਤੁਹਾਡੇ ਨਾਲ ਵਿਸਤਾਰ ਚ ਵਿਚਾਰ ਚਰਚਾ ਕਰਦ ਰਹੀਏ ਸੋ ਮੈਂ ਅਨਾਲਾ ਤੋਂ ਆਪਣੇ ਸਹਿਯੋਗੀ ਕੈਮਰਾਮੈਨ ਤੇਜਵੀਰ ਕਰਨ ਦੇ ਨਾਲ ਗੁਰਿੰਦਰ ਸਿੰਘ ਬਾਠ ਬਹੁਤ ਬਹੁਤ ਧੰਨਵਾਦ